ਸਰੂਪ ਗੁਰੂ ਦੇ ਆਈ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਗੁਰਦੁਆਰਾ ਸਿੰਘ ਸਭਾ ਬਾਰਮਾ ਵਿਖੇ 12 ਨਵੰਬਰ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ਬਦ ਕੀਰਤਨ ਸਜਾਏ ਜਾ ਰਹੇ ਹਨ, ਜੋ 11 ਵਜੇ ਗੁਰੂ ਘਰ ਤੋਂ ਆਰੰਭ ਹੋਣਗੇ, 3 ਵਜੇ ਗੁਰੂ ਘਰ ਸਮਾਪਤੀ ਹੋਵੇਗੀ। ਸਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹੁਬ ਹਮ ਆ ਕੇ ਗੁਰੂ ਘਰ ਪਹੁੰਚੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। लोई बी 31 तरीक नूं हैलोवीन ते गुरप्रताप दा बनाउणा हैलोवीन है। आए टोपी लेके उपर मुंह ला ला, मुंह नहीं स्केच नाल ही जाए मुंह पर बना देना आपां ने। आए टोपी ले लवे है गुरप्रताप। हां तानू एक किड़ी नजर लगदी लोई बी आ हार्ड ड्राइव लग लग केड़ी हैलोवीन बने आ भी सही है। आ जी कोई तो सही हो गया है। थोड़े जे मॉडिफाई आ जाने ना पहले भूत नहीं मेरी बीह रुपये की बनाए हुए बी हैलोवीन सारी अलग अलग रंग दे खोपड़ियां बड़िया बनी हुई गां मूवी पे है वैरायटी बहुत पई है हैलोवीन बनाने गड़बड़ी तो गड़बड़ा भी मिल गया बड़े भी भूत की सोच है गड़बड़ा है। सत्या जी सारे स्वागत है जी ब्लॉग च। बाकी भी अच फिर मीह पै रहे हैं कि मिलो जी इधर। सत श्रीकाल जी बाई जी वधिया जी ठंड होगी बहुत जाके पाले बोट ठंड होनी है। ठंड का टाइम आ गया नवंबर महीना चढ़ गया तरीक नगर कीर्तन गुरुद्वारा साहब तो घूमना फिर आसमान से उठी गुरुद्वारा साहब आर्म सिंह सभा गुरुद्वारे आर्म बाकी उन्होंने गुरुद्वारा साहब की भी वीडियो बनाई भी उत्थे वह भी बिच शॉर्ट पाऊंगे उत्थे सारे बंदे ने कट्ठे हो गए लोग बैठा जी देखो पूरी जल्दी है भर के पर उन्ना पानी नहीं है अपने चौके हां इधर तक चल लिया पानी उपर मीह पै लिया मतलब ज्यादा गुरुद्वारे की जी कमेटी है नगर कीर्तन आली उन्होंने भी बी बिच क्लिप लिया वो भेजे अपा नू भी अपा बिच शेयर करूंगे ब्लॉग च। ਮੌਸਮ ਬਾਈ ਖਰਾਬ ਬਹੁਤ ਹੋਇਆ ਵਾ ਪਿੱਛੇ ਨਦੀ ਦਾ ਦੇਖ ਲਿਆ ਹੋਣਾ ਤੁਸੀਂ ਕਿੰਨਾ ਪਾਣੀ ਆਲੇ ਦੁਆਲੇ ਤੱਕ ਚੜ੍ਹਦੇ ਪੂਰੀ ਉਹ ਮੀਂਹ ਲਗਾਤਾਰ ਪੈਂਦਾ ਸਵੇਰ ਦਾ ਪਹਿਲਾਂ ਪਿੰਡ ਤੇ ਉੱਥੇ ਮੀਂਹ ਮੀਂਹ ਹੋਈ ਜਾਂਦਾ ਹੁਣ ਉਰੇ ਆਏ ਉਰੇ ਵੀ ਮੀਂਹ ਵੀ ਹੋਈ ਜਾਂਦੀ ਹੈ ਪਾ ਕੇ ਛੱਡੇ ਹੋਏ ਆ ਬਾਈ ਇਹਨਾਂ ਨੇ ਖੇਤ ਰੌਣੀ ਹੋ ਜਾਣੇ ਹੁਣੇ ਕਣਕ ਕਣਕ ਬੀਜ ਦੇਣੀ ਇਹਨਾਂ ਨੇ अपने पिंड रौनी करी जाने हुए इन्होंने मीह का सर भरे सारा खेती का सर्कल है ना पर इन्हें कड़े जीरी लाई भी मक्की मुक्की होंगी हां झुंडे उरे भाई जीरी भी देखी है खेत पदरे से लगे मैनू भी जिदा जीरी लाई भी थी धान कोई धान कह दिता कोई जीरी कह दिता
ਤੇ ਬਾਈ ਸਾਨੂੰ ਲੱਗਿਆ ਬਾਕੀ ਅਸੀਂ ਖੜ ਕੇ ਦੇਖਿਆ ਨੀ ਮੇਨ ਰੋਡ ਉੱਪਰ ਤੇ ਅਸੀਂ ਆਟੋ ਰੋਡ ਕਹਿੰਦੇ ਆ ਨਾ ਬਾਈਪਾਸ ਜੇ ਛੋਟੇ ਰੋਡ ਪਰ ਹੁੰਦੇ ਤਾਂ ਖੜ ਕੇ ਦੇਖਦੇ ਉਹ ਆ 110 ਦੀ ਸਪੀਡ ਵਾਲਾ ਰੋਡ ਤਾਂ 90 ਵਾਲੀ 130 ਵਾਲੀ ਸਪੀਡ ਵਾਲਾ ਰੋਡ ਤਾਂ ਕਰਕੇ ਖੜੇ ਨੀ ਉਹਦੇ ਪਰ ਬਾਕੀ ਸਾਨੂੰ ਲੱਗਿਆ ਬਿਜਲੀ ਲੱਗੀ ਵੀ ਹੁੰਦੀ ਜਿੱਕਣਾ ਤੇ ਉਹ ਹੈ ਵੀ ਉੱਥੇ ਦਰਿਆ ਇਹਦੇ ਨਾਲ ਤਾਂ ਜਿੱਥੇ ਪਾਣੀ ਚੱਲਦਾ ਕਿਆ ਪਤਾ ਉੱਥੇ ਦੇ ਪਾਣੀ ਪੂਣੀ ਚੱਕਦੇ ਆ ਧਰਤੀ ਹੇਠਾਂ ਵਾਲਾ ਬੋਲ ਬੂਰ ਤਾਂ ਬਹੁਤ ਘੱਟ ਹੋਣੇ ਹੈ ਜ਼ਿਆਦਾਤਰ ਤਾਂ ਕਰਾਏ ਹੋਏ ਆ ਜਾਣੀ ਧਰਤੀ ਵਾਲਾ ਪਾਣੀ ਤੇ ਇਹਨਾਂ ਦੇ ਸੇਵੇ ਪਏ ਆ ਹੈ ਆਪਣੇ ਲੋਕ ਲੱਗੇ ਹੋਏ ਧਰਤੀ ਵਾਲਾ ਪਾਣੀ ਨਹਿਰਾਂ ਦਰਿਆ ਦਾ ਪਾਣੀ ਜਾ ਰਿਹਾ ਖੁੱਲਾ ਕੋਈ ਉਹ ਨੀ ਕੋਈ ਦੇਖ ਨੀ ਅਸਲ ਚ ਪੰਜਾਬ ਮਾ ਬਾਈ ਸੂਏ ਤਾਂ ਚਾਹੀਦੇ ਹੀ ਆ ਇਹਨਾਂ ਦੇ ਸੂਆਂ ਦਾ ਹੀ ਪਾਣੀ ਆਲੇ ਦੁਆਲੇ ਖੇਤਾਂ ਦੇ ਖੇਤੀ ਜ਼ਿਆਦਾਤਰ ਦੂਏ ਪਾਣੀ ਨਾਲ ਆ ਬਾਈ ਨਹਿਰੀ ਪਾਣੀ ਨਾਲ ਆਪਣੇ ਨਹਿਰੀ ਪਾਣੀ ਪੰਜਾਬ ਦੀ ਵਰਤੋਂ ਜਾਣੀ ਨਹਿਰੀ ਪਾਣੀ ਤਾਂ ਚਾਹੀਦਾ ਹੀ ਆ ਆਪਣੇ ਪੰਜਾਬ ਚ ਵੀ ਪਿੰਡਾਂ ਨੂੰ ਅਸੀਂ ਉਹ ਆ ਗਿਆ ਸਤਾਲਾ ਬਾਈ ਸਤਾਲਾ ਆ ਸਾਰੀ ਹੁੰਦੀ ਹੋ ਜਮੀਨ ਮਾਲਕ ਦੀ ਉਹ ਪਰਲੇ ਪਾਸੇ ਵੀ ਸੂਆ ਜਿਹਾ ਬਾਹਰ ਕਰਕੇ ਹੈ ਨਾ ਉੱਥੇ ਚੱਲਦਾ ਤਾਂ ਜਾਣ ਡੀ 73 ਵੀਡੀਓ ਦੇਖਣੀ ਕਿੰਨੀ ਤਰੀਕ ਦੀ ਪਾਈ 4 ਤਰੀਕ ਦੀ ਤਾਂ ਨਹੀਂ ਪਾਈ ਉਹ ਵੀਡੀਓ ਹਾਂ ਉਹਦੇ 'ਚ ਬਾਈ ਚਲਾਣ ਆ ਨਾ ਮੂਲਤਾ ਹੋ ਗਿਆ ਆਪਾਂ ਚਲਾਣ ਕਹਿ ਦਿੰਦੇ ਇੱਥੇ ਮੂਲਤਾ ਕਹਿੰਦੇ ਆ ਕਿੰਨਾ ਯੂਰੋ ਹੋਇਆ ਤਾਂ ਮੂਲਤਾ 70 ਦੀ 70 ਦੀ ਸਪੀਡ ਤੀ 72 ਪਰ ਗੱਡੀ ਜਾਂਦੀ ਸੀ 75 ਪਰ 3 ਦੀ ਸਪੀਡ ਪਰ ਵੀ ਬਾਈ ਕੈਮਰਿਆਂ ਨੇ ਫੜ ਲਏ ਉਰੇ ਜਦ ਬਾਈ ਉਹ ਵੀਡੀਓ ਪਾਈ ਤੀ ਉਹ ਵੜਦੇ ਤੇ ਉਰੇ ਸਰੋਂ ਹਾਂ ਸੂਰਜਮੁਖੀ ਸਰੋਂ ਹੀ ਗਏ ਸੂਰਜਮੁਖੀ ਵੜਦੇ ਤੇ ਬਾਕੀ ਮੀਂਹ ਪੈ ਰਿਹਾ ਵਾਲੇ ਦਿਨ ਧੁੰਦੜ ਧਾਰ ਗਿਆ ਹੋਇਆ ਵਾ ਹੁਣ ਆਪਣੇ ਕਿੱਥੇ ਜਾਣਾ ਫਲਿਨੋ ਫਲਿਨੋ ਦੇ ਪਿੱਛੇ ਰਹਿ ਗਿਆ ਪਲਾਸਤਰੋ ਜਾਂ ਅਸੀਂ ਰੋਪੜ ਨੂੰ ਜਾਏ ਕਰਦੇ ਜਾਂ ਵੇਲੇ ਨੂੰ ਉਰੇ ਫਲਿਨੋ ਜਾਂ ਪਲਾਸਤਰੋ ਜਾਂ ਪਾਰਮਾ ਜ਼ਿਆਦਾ ਲੱਗਿਆ ਮੈਂ ਰੋਕੇ ਵੀ ਹੋਰ ਘੱਟ ਦੋ ਇੱਕ ਪੀਸ ਘੱਟ ਦੋ ਸਾਰੇ ਜਿੰਨੇ ਬੰਦੇ ਹੈਗੇ ਆ ਹੈਲੋ ਜੀ ਬਾਈ ਅੱਜ ਹੈਗਾ ਹੈਲੋਵੀਨ ਤੇ ਇਹਨਾਂ ਨੇ ਬਾਈ ਹੈਲੋਵੀਨ ਰਾਤ ਜਿਕਣਾ ਆਪਣੇ ਦੀਵਾਲੀ ਦੁਬਲੀ ਨੂੰ ਹੁੰਦਾ ਉਹ ਕੰਮ ਦਾ ਗੜਬੜੇ ਹਾਂ ਗੜਬੜੇ ਜੇ ਵੀ ਲਈ ਫਿਰਦੇ ਦੇ ਵਿੱਚ ਟੋਫੀਆਂ ਟੂਫੀਆਂ ਪਾਉਂਦੇ ਨਿਆਣੇ ਅੱਜ ਇਹਨਾਂ ਦੀ ਸਰਕਾਰੀ ਛੁੱਟੀ ਆ ਹੈਲੋਵੀਨ ਦੀ ਆਪਣੇ ਦੀਵਾਲੀ ਦੀ ਛੁੱਟੀ ਹੁੰਦੀ ਇਹਨਾਂ ਦੇ ਹੈਲੋਵੀਨ ਗਾਹਾਂ ਜਾ ਕੇ ਕ੍ਰਿਸਮਸ ਹੁੰਦੀ ਇਹਨਾਂ ਦੀ ਦਸੰਬਰ ਚ ਛੁੱਟੀਆਂ ਹੁੰਦੀਆਂ ਤੇ ਹਰ ਤਾਂ ਇਹ ਵੀ ਮਨਾਉਂਦੇ ਦੋ ਤਿੰਨ ਕ੍ਰਿਸਮਸ ਕ੍ਰਿਸਮਸ ਦੀਆਂ ਸਕੂਲਾਂ ਤਾਂ 15 ਦਿਨ ਦੀ ਹੋ ਜਾਂਦੀ ਆ ਕ੍ਰਿਸਮਸ ਦਿਨ ਦੇ ਨਾਲ ਪਰ ਹੁਣ ਥੋੜਾ ਜਿਹਾ ਹੋ ਆਪਣੇ ਆਪਣੇ ਵੀ ਹੁੰਦੀਆਂ ਹੀ ਆ ਕ੍ਰਿਸਮਸ ਦੀਆਂ ਛੁੱਟੀਆਂ ਕਰਦੇ ਆ ਆਹੋ ਪਰ ਪੰਜਾਬ ਚ ਭਗਵੰਤ ਮਾਨ ਕਿਹਾ ਤਾਂ ਹੈਗਾ ਵੀ ਜਦ ਫਤਿਹਗੜ੍ਹ ਸਾਹਿਬ ਸ਼ਹੀਦੀ ਚੋਣ ਮੇਲੇ ਤੇ ਵੀ
कई बहुत कर देते कई कोई पता ही नहीं इतिहास का कई ए अपने एरिया ज्यादा कर दे अपने इतिहास अपने सारा इतिहास शहीदी का सारा ही ता ही अपने लोग कोई देख ला प्रोग्राम नहीं करते कोई दसंबर महीने च नहीं करते शुरू हो जाते 14-15 दी संगरांद हुंदी है पट्ठा साहब सभा स्टार्ट हुंदी है साडे भाई पट्ठा साहब ते सभा स्टार्ट हो जांदी है लागते शहीदी जोड़ मेले ते उते बाद अपने ही आ सारे उत्थे जोड़ मेले है ना फतेहगढ़ साहब हो गए चमकौर साहब ਮਾਛੀਵਾੜੇ ਦੇ ਬਾਕੀ ਬਾਈ ਅੱਜ ਮੌਸਮ ਠੰਡਾ ਹੋਇਆ ਵਾ ਮੌਸਮ ਠੰਡਾ ਅੱਜ ਕੱਲ ਦਾ ਮੀਂਹ ਪੈਂਦਾ ਤਾ ਸਵੇਰੇ ਪਰਸੋਂ ਵੀ ਪੂਰਾ ਮੀਂਹ ਪੈ ਲਿਆ ਬਾਹਰ ਬਾਹਰ ਨੇ ਲਾਟ ਜਾਰੀ ਕਰਿਆ ਸਕੂਲ ਦੇ ਨਿਆਣੇ ਛੁੱਟੀ ਕਰੀ ਫਾਰਮ ਚ ਪਾਣੀ ਦੇਖ ਕੇ ਨਦੀ ਦਾ ਪਾਣੀ ਹਾਂ ਦੂਜੀ ਗੱਲ ਹੋਰ ਆ ਫਾਰਮ ਵਾਲੀ ਅੱਛਾ ਉਹਦੇ ਪਾਣੀ ਜ਼ਿਆਦਾ ਤਾਂ ਹੈ ਉਸ ਪਾਣੀ ਜ਼ਿਆਦਾ ਇਹਨੇ ਕਿਹੜਾ ਸਾਫ ਸਫਾਈ ਕਰਿਆ ਹੋਇਆ ਕੁਛ ਆਪਣੇ ਡਾਂ ਨੂੰ ਇਹ ਲੱਗ ਜਾਂਦੀਆਂ ਫਿਰ ਪੱਖਾ ਲੱਗਦਾ ਆਹੋ ਸੁੱਕੀਆਂ ਲੱਕੜੀਆਂ ਕਿਹੜੇ ਇਹਨਾਂ ਨੂੰ ਚੱਕਦੇ ਜਾਂ ਕੁਛ ਆ ਵਿੱਚ ਤੇ ਆਪਣੇ ਦਹਾਰੀ ਨਹੀਂ ਛੱਡਦੇ ਹੈ ਆਪਣੇ ਦਹਾਰ ਨਦੀਆਂ ਜਹਰੀ ਲੱਕੜੀ ਨਹੀਂ ਛੱਡਦੇ ਉਹ ਵੀ ਵੱਢ ਲਿਆਉਂਦੇ ਆ ਆਪਣੇ ਤਾਂ ਖੈਰ ਉਹ ਵੱਢ ਹੁੰਦੀ ਹੈ ਬਸ ਉਰੇ ਇੰਨੇ ਕੋਈ ਉਹ ਕਰਦਾ ਹੈ ਨਦੀਆਂ ਪਈਆਂ ਆਪਣੀਆਂ ਦਾ ਸਾਫ ਗੱਭੇ ਦੇ ਲੱਕੜੀ ਤਾਂ ਹੈ ਮਿਲਣੀ ਹੋ ਨਹੀਂ ਤੈਨੂੰ जंगलात अपने मानते भी नहीं हां कब्जा कर फिर जद पानी तोड़ता सारा कुछ हटा ले गया फिर लोग तकलीफ होंगी नुकसान हो गया हूं जेडिया नदी पिछे टुटने का कारण यही है मूहरे जब बूटे खड़े है हौली हौली पट होंगे पानी डाफ लग जाती है पट पट के गह जाके फिर पिछे नदी टुटी जाती है आप कह दें अपने नदी जगह जो ना घेरी भी हो गए पानी बाकी चलो ठीक है जी मिलते हैं किसी अगले व्लॉग च। सत श्री अकाल जी।